ਇੱਕ ਮਦਈ ਜਗਵਿੰਦਰ ਸਿੰਘ ਵਾਸੀ ਜਲਾਲਾਬਾਦ ਪੂਰਬੀ, ਉਹਦੇ ਵੱਲੋਂ ਮੁਕੱਦਮਾ ਨੰਬਰ 68/18 ਦਰਜ ਕਰਾਇਆ ਗਿਆ ਸਿਟੀ ਵਨ ਮੋਗਾ ਦੇ ਵਿੱਚ, ਅਤੇ ਉਸ ਸੰਬੰਧੀ ਇਹ ਦੋ ਦੋਸ਼ੀ ਸਨ, ਗੁਰਧੀਰ ਸਿੰਘ ਪੁੱਤਰ ਸ਼ਿੰਦਰ ਸਿੰਘ ਅਤੇ ਇਸ ਦੀ ਪਤਨੀ ਅਵਨੀਤ ਕੌਰ, ਪਤਨੀ ਗੁਰਧੀਰ ਸਿੰਘ ਵਾਸੀ ਨਿਊ ਗੁਲਾਬੀ ਬਾਗ ਮਹਾਰਾਸ਼ਟਰਾ ਬੈਂਕ ਮੋਗਾ। ਇਹ ਦੁਬਈ ਚੱਲੇ ਸੀ ਅਤੇ ਏਅਰਪੋਰਟ ਮੋਹਾਲੀ ਤੋਂ ਫੋਨ ਆਇਆ ਵੀ ਤੁਹਾਡੇ ਮੁਕੱਦਮੇ ਦੇ ਲੋੜੀਂਦੇ ਬੰਦੇ ਨੇ ਇਹ ਸਾਡੇ ਕੋਲ ਨੇ, ਬਾਹਰ ਦੁਬਈ ਜਾ ਰਹੇ ਸੀ, ਇਹਨਾਂ ਨੂੰ ਅਰੈਸਟ ਕੀਤਾ ਹੋਇਆ, ਤੁਸੀਂ ਆ ਕੇ ਲੈ ਜਾਓ। ਉੱਥੋਂ ਫਿਰ ਇਹਨਾਂ ਨੂੰ ਫੜ ਕੇ ਅਸੀਂ ਉੱਥੋਂ ਲੈ ਕੇ ਆਏ ਹਾਂ, ਅਤੇ ਇਹਨਾਂ ਦੇ ਖਿਲਾਫ 7 ਮੁਕੱਦਮੇ ਦਰਜ ਨੇ, ਇਹਨੂੰ ਪੇਸ਼ ਅਦਾਲਤ ਕੀਤਾ ਗਿਆ। ਅਲੱਗ ਅਲੱਗ ਮੁਕੱਦਮਿਆਂ ਵਿੱਚ ਅਲੱਗ ਅਲੱਗ ਪੇਸ਼ਾ ਪਈ ਹੈ, ਜੋ ਤੱਕ ਸਾਹਮਣੇ ਹੋਣਗੇ ਆਪਾਂ ਦੱਸੇ ਜਾਣਗੇ। ਇਹਨਾਂ ਦੇ 7 ਕੁ ਤਾਂ ਮੁਕੱਦਮੇ ਦਰਜ ਹੈ, ਵੈਸੇ ਹੋਰ ਵੀ ਦਰਖਾਸਤਾਂ ਇਹਨਾਂ ਦੇ ਖਿਲਾਫ ਆ ਰਹੀਆਂ ਨੇ। ਉਹਨਾਂ ਨੇ 360,000 ਠੱਗੀ ਮਾਰੀ। ਇਹ ਜ਼ਿਆਦਾ ਤੁਰਕੀ, ਜਿਹੜਾ ਮੇਰੇ ਕੋਲ ਮੁਕੱਦਮਾ ਨਾ, ਉਹ ਤੁਰਕੀ ਭੇਜਣ ਦਾ ਉਹਨਾਂ ਨੇ ਲਾਰਾ ਲਾਇਆ ਸੀ, ਪਰ ਪੈਸੇ ਹੜੱਪਲੇ ਪਰ ਭੇਜਿਆ ਨਹੀਂ ਸੀ ਇਹਨਾਂ ਨੂੰ। ਇਹਨਾਂ ਦੇ ਉਸੇ ਮੁਕੱਦਮੇ ਦੇ 68/18 ਵਿੱਚ ਅਰੈਸਟ ਪਾਈ ਗਈ ਹੈ, ਅਤੇ ਜਿਹੜੇ ਅਲੱਗ ਦੂਸਰੇ ਮੁਕੱਦਮੇ ਨੇ ਉਹਨਾਂ ਵਿੱਚ ਅਲੱਗ ਅਲੱਗ, ਜਿਸ ਤਰ੍ਹਾਂ ਹੁਣ ਰਿਮਾਂਡ ਪਰ ਚੱਲ ਰਹੇ ਨੇ, ਅਲੱਗ ਅਲੱਗ ਰਿਮਾਂਡ ਲੈ ਕੇ ਉਹਨਾਂ ਪੁੱਛਗਿੱਛ ਜਾ ਕੇ ਕਿਉਂ ਫੜਿਆ ਪੁਲਿਸ ਨੇ? ਮਾਮਲਾ ਇਹ ਆ ਜੀ, ਬਾਹਰ ਭੇਜਣ ਦਾ ਕੰਮ ਸੀਗਾ, ਅਤੇ ਉਹਦੇ ਵਿੱਚ ਪਰਚੇ ਕੁਝ ਜਾਇਜ਼ ਵੀ ਨੇ ਕੁਝ ਨਜਾਇਜ਼ ਵੀ ਨੇ, ਠੀਕ ਹੈ ਨਾ। ਪੈਸੇ ਵੀ ਲੋਕਾਂ ਨਾਲ ਜੋ ਲੈਣ ਦੇਣ ਹੈਗਾ, ਆਪਾਂ ਆਏ ਅਸੀਂ ਇੱਥੇ ਕੁਛ ਕਿਸਾਂ ਸਿਲੰਡਰ ਮੈਂ ਖੁਦ ਆਪ ਕੀਤਾ, ਉਹ ਲੈਣ ਦੇਣ ਕਰਕੇ ਨਿਬੇੜ ਦਾਂਗੇ। ਕਿੰਨਾ ਖਰਚਾ, ਕਿੰਨਾ ਮਤਲਬ ਪੈਸਾ ਦੇਣਾ ਲੋਕਾਂ ਦਾ? ਪੈਸਿਆਂ ਦਾ ਦੇਖੋ, ਜਿਹੜਾ ਕਿਹਾ 2 ਲੱਖ ਆ, ਕਿਹਾ 1 ਲੱਖ ਆ, ਕਿਹਾ 50,000, ਠੀਕ ਆ। ਲਿਖਾਉਣ ਵਾਲੇ ਨੇ ਉਹਨੇ ਜਿਹਨੇ ਜਿਹਦਾ 50, ਉਹਨੇ 5 ਲੱਖ ਵੀ ਲਿਖਾ ਰੱਖਿਆ। ਕਿੱਥੇ ਕਿੱਥੇ ਭੇਜਦੇ ਸੀਗੇ ਤੁਸੀਂ? ਆਪਣਾ ਕੰਮ ਹੈਗਾ ਸੀਗਾ, ਆਪਣੇ ਤੁਰਕੀ ਦਾ ਵੀ, ਰਸ਼ੀਆ ਦਾ ਵੀ, ਸ਼ਨਗਨ ਦਾ। ਉਹ ਬੰਦਾ ਹੁਣ ਸਾਡੇ ਨਾਲ ਅੱਗੇ ਵਾਲਾ ਕੰਮ ਕਰਕੇ, ਹੁਣ ਜਿਵੇਂ ਐਡਾ ਵੱਡਾ ਸਾਡਾ ਨਾਂ ਸੀ, ਥੋੜ੍ਹਾ ਕੰਮ ਹੈ। ਕਿਸ ਨਾਮ ਤੋਂ ਫਰਮ ਤੇ, ਕਿਹੜੀ ਫਰਮ? NRI ਸਿੰਘ। ਖਾਲਸਾ ਜੀ, ਕਹੀਏ ਨਾ ਤੁਸੀਂ, ਹਾਂਗਕਾਂਗ ਭੇਜਣ ਦੀ ਵੀ ਠੱਗੀ ਮਾਰੀ ਆ? ਹਾਂ, ਉਹ ਬੰਦੇ ਹਾਂਗਕਾਂਗ ਗਏ ਸੀ, ਹੁਣ ਬੰਦੇ ਭੇਜਦੇ ਉੱਥੇ, ਹੁਣ ਕੰਮ ਅਗਲੇ ਨਹੀਂ ਕੀਤਾ, ਟਾਈਟਲ ਲੈ ਕੇ ਵਾਪਸ ਆ ਗਏ, ਉਹ ਸਾਡਾ ਤਾਂ ਕੋਈ ਕਸੂਰ ਨਹੀਂ। ਕਿੰਨੇ ਕੁ ਜਾਇਜ਼ ਨੇ? ਜਾਇਜ਼ ਨੇ ਦੇਖੋ, ਹੁਣ ਜਿਵੇਂ ਹੁਣ ਪਰਚੀ ਹੋ ਗਿਆ, ਜਿਹੜਾ ਹੋ ਗਿਆ, ਹੁਣ ਵਿੱਚ ਜਾਇਜ਼ ਵੀ ਨੇ, ਵਿੱਚ ਜਾਇਜ਼। ਹੁਣ ਜੇ 1 ਲੱਖ ਦੇਣਾ, ਉਹਨਾਂ ਨੂੰ 5 ਲੱਖ ਲਿਖਾ ਦੇ। ਕਿਹਦੇ ਕਿਹਦੇ ਤੇ ਜੀ ਮਾਲਾ ਦਾ ਪੜਤਾਲ ਮੰਗਦੇ? ਇਹ 1 ਲੱਖ ਪੜਤਾਲ ਮੰਗਦੇ ਹੀ, ਆਪਾਂ ਤਾਂ ਕਿਹਾ ਵੀ ਰਾਜੀ ਬੰਦਾ ਕਰਾਂਗੇ ਬੰਦਿਆਂ ਨਾਲ, ਜਿਵੇਂ ਹੁਣ ਬੇਲ ਹੋਊਗੀ, ਮੈਂ ਬਾਹਰ ਆਊਂਗਾ ਤਾਂ ਹੀ ਰਾਜੀ ਬੰਦਾ ਕਰੂਗਾ ਨਾ। ਹੁਣ ਬੇਲ ਹੋਊਗੀ ਤੇ ਬੰਦਿਆਂ ਨਾਲ ਬਿਠਾ ਕੇ ਸਾਰਾ ਨਾਲ ਆਪਾਂ ਗੱਲਬਾਤ ਕਰ ਲਾਂਗੇ।